गैर कानूनी तरीके दे नाल कटिया जा रही कलोनिया का मुद्दा बड़े लंबे समय तो चलता रहा। इस दे उते प्रशासन वालों भी कई बार ठल पाउण दी कोशिश की गई है, पर फिर भी कलोनाइजर दबदे दिखाई नहीं दे रहे। हुण एक बार फिर तो यह मुद्दा उठदा दिखाई दे रहा। बटाला दे कलोनाइजरां ने मीटिंग की, सरकार दे कोल गुहार लगाई है कि जो जमीन की खरीदो फरोख्त ते रोक लगी है उसनू तुरंत हटाया जाए। सरकार वालों बिना नोच तो रजिस्ट्री ते रोक लगाई गई है, उस नाल जिथे प्रॉपर्टी डीलरां नू मुश्किल आ रही है उत्थे ही आम लोगों नू भी मुश्किल आ रही है। कलोनिया विचले प्लाटा दी रजिस्ट्रियां ना होण नाल सरकार नू भी करोड़ा दा घाटा पै सकदा है। इस मौके कलोनाइजरां ने गलबात दौरान कहा कि पहला असी तहसील च दो नंबर जानी अंडर द टेबल पैसे दे के रजिस्ट्रियां करवा लेंदे सी, पर जदों दी पंजाब विच आप दी सरकार बनी है साडा सारा कारोबार रुक गया। सरकार ने जरूरी कर दिता है कि बिना नोच तो रजिस्ट्री नहीं होगी, नोच लैण विच एक महीने तो वध दा समा लगता है। कई दफ्तर तो फाइल घूम के कारपोरेशन दफ्तर जाती है जिथे सानू सुनन नू मिलता है कि नोच नहीं मिल सकती, क्योंकि सरकार ने जो वैबसाइट बनाई है वह पिछले कई दिनों तो बंद है, जिस नाल साडा कलोनाइजरां दा ते नुकसान है ते उत्थे ही सरकार अते आम लोगों का भी नुकसान है, क्योंकि जेकर किसी ने अपना प्लाट बेच के अपने परिवार की जरूरत पूरी करनी है तो वह नहीं हो रही। सरकार नू चाहिए कि स्टैंप ड्यूटी जिनी चाहे वधा लवे, असी देने लई तैयार हां, रजिस्ट्रियां करवाउण दा प्रोसैस सुखाला करे अते रजिस्ट्रियां खोल दवे। पहला जो चलता सी ओह हुण मुकम्मल बंद है, पहला बंदा देख के पैसे लै जांदे सन जो हुण बंद ने। ਅਮਰੀਕ ਸਿੰਘ ਢਿੱਲੋਂ ਜੀ, ਕਿਹਦੇ ਵੱਲੋਂ ਮੀਟਿੰਗ ਔਰ ਕਿਹੜੇ ਸੰਬੰਧ ਦੀ ਮੀਟਿੰਗ ਅੱਜ ਬਟਾਲੇ ਤੇ ਇਹਦੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਜਿਹੜੇ ਕਲੋਨੀਆਂ ਦੇ ਨਾਲ ਸੰਬੰਧਿਤ ਨੇ, ਕੁਛ ਨੇ ਕਲੋਨੀਆਂ ਕੱਟੀਆਂ ਨੇ, ਕੁਛ ਦੇ ਕਲੋਨੀਆਂ ਦੇ ਵਿੱਚ ਪਲਾਟ ਨੇ ਜਿਨ੍ਹਾਂ ਨੇ ਸੇਲ ਕਰਨੀ ਆ, ਜਿਨ੍ਹਾਂ ਨੇ ਸੇਲ ਕਰਾਉਣੀ ਆ, ਉਹਨਾਂ ਸਾਰਿਆਂ ਨੂੰ ਪਿਛਲੇ 10-15-20 ਦਿਨ ਮਹੀਨੇ ਤੋਂ ਬੜੀ ਤੰਗੀ ਆ ਰਹੀ ਆ। ਅਤੇ ਪਹਿਲਾਂ ਤਾਂ 2 ਨੰਬਰ ਦੇ ਵਿੱਚ ਰਜਿਸਟਰੀਆਂ ਹੁੰਦੀਆਂ ਸੀ, 2 ਨੰਬਰ ਇਹਨੂੰ ਗਿਣਦੇ ਆ ਕਿ ਜਿਹੜੇ ਤਸੀਲੇ ਜਾ ਕੇ ਅਤੇ ਪੈਸੇ ਲੈ ਲੈਂਦੇ ਸੀ ਅੰਡਰ ਦੀ ਟੇਬਲ, ਉਹ ਵੀ ਹੁਣ ਜਿਹੜਾ ਸਰਕਾਰ ਨੇ ਸਖਤੀ ਕੀਤੀ ਆ। ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਆ ਅਤੇ ਉਹਦੀ ਸਰਕਾਰ ਬਣਾਈ ਆ, ਉਹਦੀਆਂ ਪਾਲਸੀਆਂ ਤੋਂ ਖੁਸ਼ ਨੇ, ਪਰ ਇਹ ਆ ਵੀ ਜਿਹੜਾ ਆਹ ਕੰਮ ਰੋਕ ਲੱਗ ਗਈ ਆ, ਇਹ ਸਰਕਾਰ ਨੂੰ ਅਤੇ ਰੈਵਨਿਊ ਦਾ ਘਾਟਾ ਪੈ ਹੀ ਰਿਹਾ ਵਾ, ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ, ਜਿਸ ਤਰ੍ਹਾਂ ਰਜਿਸਟਰੀ ਕਿਸੇ ਦਾ ਬਿਆਨਾ ਆਇਆ 4 ਲੱਖ ਉਹਨਾਂ ਨੇ ਬੱਚੇ ਨੂੰ ਬਾਹਰ ਘੱਲਣਾ ਸੀ, ਕਿਸੇ ਦੇ ਘਰ ਸ਼ਾਦੀ ਸੀ, ਕਿਸੇ ਨੇ ਮਕਾਨ ਬਣਾਉਣਾ ਸੀ, ਉਹਨੂੰ ਪਤਾ ਸੀ ਮੇਰਾ 15 ਮਰੀਜ਼ ਨੂੰ ਮੇਰੇ ਘਰ 10 ਲੱਖ ਰੁਪਈਆ ਆਉਣਾ, ਮੇਰੇ ਘਰ 5 ਲੱਖ ਰੁਪਈਆ ਆਉਣਾ ਵਾ, ਇਹਨਾਂ ਨੇ ਉੱਥੇ ਰੋਕ ਲਾ ਦਿੱਤੀ। ਹੁਣ ਕਿਹੜੇ ਸੰਬੰਧਾਂ ਨਾਲ ਕਹਿੰਦੇ ਵੀ ਰਜਿਸਟਰੀ ਕਰਾਓ, ਕਿਹੜੇ ਸੂਟ ਲਾਉਣਾ? ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਵੀ ਅੱਜ ਤੋਂ 5-7-10 ਸਾਲ ਪਹਿਲਾਂ ਵੀ ਆਉਂਦੇ ਸੀ ਕਿ ਡਿਵੈਲਪਮੈਂਟ ਚਾਰਜਿਸ ਲੈਣੇ ਨੇ ਸਰਕਾਰ ਨੇ, ਜਿਹੜੀ ਸ਼ਹਿਰ ਦੇ ਵਿੱਚ ਆ ਉਹ ਕਮੇਟੀ ਲੈਂਦੀ ਆ ਜਾਂ ਕਾਰਪੋਰੇਸ਼ਨ ਲੈਂਦੇ ਆ, ਜਿਹੜੇ ਬਾਹਰ ਵਾਲੇ ਨੇ ਉਹ ਪੁੱਡਾ ਵਾਲੇ ਲੈਂਦੇ ਨੇ, ਉਹ NOC ਅਪਲਾਈ ਕਰਾਉਂਦੇ ਸੀ, ਪਲਾਟ ਦਾ ਸਾਈਜ਼, ਉਹਦੀ ਡਿਮੈਂਸ਼ਨ ਸਭ ਕੁਝ ਲੈ ਕੇ ਉਹਦੇ ਪੈਸੇ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਰਸੀਦ ਦੇ ਦਿੰਦੇ ਸੀ ਅਤੇ ਉਹਨਾਂ ਨੂੰ ਆਉਂਦੇ ਸੀ ਤੁਸੀਂ ਆਪਣੀ ਰਜਿਸਟਰੀ ਕਰਵਾ ਲਓ। ਉਸੇ ਤਰ੍ਹਾਂ ਦਾ ਕੋਈ ਸਿਸਟਮ ਪਰ ਸਰਲ ਸਿਸਟਮ ਬਣਾਉਣ, ਕਿਉਂਕਿ ਬਟਾਲੇ ਨੂੰ ਅੰਮ੍ਰਿਤਸਰ ਲੱਗਦਾ, ਇੱਥੋਂ ਇੱਕ ਬੰਦੇ ਨੇ ਇੱਕ ਪਲਾਟ ਵਾਸਤੇ ਅੰਮ੍ਰਿਤਸਰ ਜਾ ਕੇ NOC ਲਿਆਉਣੀ ਸੌਖੀ ਦਿੰਦੀ। ਉਹਦੀ ਵੀ ਵੈਬਸਾਈਟ 'ਤੇ ਪਹਿਲਾਂ ਚਲਾਨ ਫਾਰਮ 'ਤੇ ਪੈਸੇ ਜਮ੍ਹਾਂ ਹੁੰਦੇ ਸੀ, ਹੁਣ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੀ ਆ ਕੁਛ ਦਿਨਾਂ ਤੋਂ। ਕਾਰਪੋਰੇਸ਼ਨ 'ਚ ਜਾ ਕੇ ਪਤਾ ਕਰਨੇ ਆ ਅਤੇ ਉਹ ਵੀ ਕਹਿੰਦੇ ਵੀ ਸਾਡੀ ਸਾਈਟ ਬੰਦ ਆ, ਅਸੀਂ ਅਜੇ NOC ਨਹੀਂ ਦੇ ਰਹੇ। ਤਹਿਸੀਲ ਵਾਲੇ ਸਹਿਯੋਗ ਕਰਦੇ ਨੇ, ਹੁਣ ਇਹ ਵੇਲੇ ਤਹਿਸੀਲ 'ਚ ਬਿਲਕੁਲ ਕੰਮ ਸਾਫ਼ ਆ, ਪਰ ਵਸੀਕੇ ਨੇ ਘੱਟੋ ਘੱਟ ਬਟਾਲੇ ਦੇ ਵਿੱਚ 50-60 ਜਾਂ 100 ਵਸੀਕਾ, ਉਹ ਵੀ ਵਿਚਾਰੇ ਵਿਹਲੇ ਬੈਠੇ। ਹੁਣ ਸਰਕਾਰ ਦੇ ਵੇਖੋ ਜੀ ਪਾਲਸੀਆਂ ਤੋਂ ਲੋਕ ਪ੍ਰਭਾਵਿਤ ਨੇ, ਲੋਕ ਆਪ ਹੀ ਕੋਈ ਰਿਸ਼ਵਤ ਦੇ ਕੇ ਖੁਸ਼ ਨਹੀਂ ਹੈਗੇ, ਉਹ ਆਉਂਦੇ ਨੇ ਜਿਹੜਾ ਕੋਈ ਪੈਸਾ ਜਾਣਾ ਉਹ ਸਰਕਾਰ ਨੂੰ ਜਾਵੇ। ਨਹੀਂ, ਕਾਗਜ਼ ਜਿਹੜੇ ਸਟੈਂਪ ਡਿਊਟੀ 'ਤੇ ਉਹ ਲੱਗਣੀ ਸੀ, ਜਿਹੜੇ ਕਾਗਜ਼ NOC ਲੈਣ ਤੋਂ ਪਹਿਲਾਂ ਜਿਹੜੀ ਫਾਈਲ ਤਿਆਰ ਕਰਨੀ ਹੁੰਦੀ ਸੀ, ਉਹ ਫਾਈਲ ਤਿਆਰ ਕਰਨ ਵਾਸਤੇ ਲੋਕ ਤਿਆਰ ਨੇ, ਪਰ ਅੱਗੋਂ ਸਿਗਨਲ ਮਿਲੇਗਾ ਇਹਨਾਂ ਦੀ ਕੋਈ ਪਾਲਸੀ ਬਣੇਗੀ ਤਾਂ ਤਾਂ ਹੀ ਹੋਣਾ ਵਾ। ਉਹਦੇ 'ਚ ਜੇ ਕੋਈ ਸਿੰਗਲ ਵਿੰਡੋ ਕਰਦੇ ਨੇ ਇੱਕ ਤਹਿਸੀਲ ਦੇ ਵਿੱਚ, ਇੱਕ ਕਾਊਂਟਰ ਖੋਲ੍ਹ ਦਿੰਦੇ ਨੇ, ਪਲਾਟ ਵਾਲੇ ਨੂੰ ਆਉਂਦੇ ਨੇ ਗੱਜ ਦੇ ਹਿਸਾਬ ਨਾਲ ਹੀ ਇੰਨੇ ਪੈਸੇ ਲੈਣੇ ਨੇ, 120 ਰੁਪਈਏ, 150 ਰੁਪਈਏ, ਇੰਨੇ ਪੈਸੇ ਇੱਥੇ ਜਮ੍ਹਾਂ ਕਰਾਓ ਅਤੇ ਰਸੀਦ ਦਿਖਾਉਣ, ਤਹਿਸੀਲਦਾਰ ਦੇ ਨਾਲ ਅਟੈਚ ਕਰਨ, ਰਜਿਸਟਰੀ ਦੇ ਤੌਰ 'ਤੇ ਰਜਿਸਟਰੀ ਹੋ ਜਾਇਆ ਕਰੇ। ਸਰਕਾਰ ਨੂੰ ਸਰਕਾਰ ਦੇ ਪੈਸੇ ਚੱਲ ਜਾਣ, ਲੋਕਾਂ ਦਾ ਆਪਣਾ ਕੰਮ ਹੈ। ਪਹਿਲਾਂ ਤਾਂ ਉਤਰਾ ਰਜਿਸਟਰੀ ਜਿਹੜਾ ਕਲੈਕਟਰੇਟ ਆ, ਜਿਹੜੇ ਜਿਹੜੇ ਏਰੀਏ ਦਾ ਜਿਸ ਤਰ੍ਹਾਂ ਉਤਰਾ ਰਜਿਸਟਰੀ ਹੁੰਦੀ ਸੀ, ਉਹ ਕਲੈਕਟਰੇਟ ਦੇ ਮੁਤਾਬਕ ਹੀ NOC ਜਿਹੜੀ ਆ ਉਹ ਵੀ ਤਾਂ ਹੀ ਹੁੰਦੀ ਹੈ।
ਨਹੀਂ ਤਹਿਸੀਲਦਾਰ ਨੂੰ ਕੋਈ ਕਮਿਸ਼ਨ ਨਹੀਂ ਜਾਂਦੀ। ਦੇਖੋ ਤਹਿਸੀਲਦਾਰ ਨੂੰ ਕੋਈ ਨਹੀਂ ਜਾਂਦੀ, ਸਾਡੇ ਵੱਲੋਂ ਜਿਹੜੇ ਰਜਿਸਟਰੀਆਂ ਕਰਨ ਵਾਲੇ ਸੀ, ਕਿਸੇ ਨੇ ਕੋਈ ਵਿਆਹ 'ਚ ਖੁਸ਼ੀ ਦੇਣ ਵਾਂਗੂ ਕਿਸੇ ਨੇ ਕੋਈ ਵਧਾਈ ਦੇ ਦਿੱਤੀ ਹੈ, ਉਸ ਤਰ੍ਹਾਂ ਕੋਈ ਇਹੋ ਜਿਹੀ ਗੱਲ ਨਹੀਂ ਗੀ ਵੀ ਤਹਿਸੀਲਦਾਰ ਵਿਚਾਰਾ ਮਿੱਥ ਕੇ ਆਉਂਦਾ ਸੀ ਕਿਸੇ ਨੂੰ ਵੀ ਮੈਨੂੰ ਪੈਸੇ ਦੇ ਮੈਂ ਰਜਿਸਟਰੀ ਕਰ ਲਈ। ਚਲੋ ਐਨਓ ਸੀ ਤੋਂ ਬਿਨਾਂ ਹੋ ਜਾਂਦੀਆਂ ਸੀ। ਨਹੀਂ ਉਦੋਂ ਰੇਟ ਵਾਲੀ ਤਾਂ ਕੋਈ ਗੱਲ ਨਹੀਂ, ਚਲੋ ਰਜਿਸਟਰੀ ਹੋ ਜਾਂਦੀ ਸੀ ਕਿਸੇ ਤਰ੍ਹਾਂ ਵੀ ਹੋ ਜਾਂਦੀ। ਮਦਨ ਲਾਲ, ਦਿੱਕਤ ਇਹ ਹੈ ਜੀ, ਇਹ ਤੋਂ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਸੀਗੀਆਂ ਉਹ ਰਜਿਸਟਰੀਆਂ ਦਾ ਕੰਮ ਚੱਲਦਾ ਜਾਂਦਾ ਸੀ। ਜਦ ਤੋਂ ਇਹ ਸਰਕਾਰ ਆਈ ਆ, ਇਹਨਾਂ ਨੇ ਤਾਂ NOC ਸ਼ੁਰੂ ਕਰ ਦਿੱਤੀ ਆ ਵੀ NOC ਜਿਹਨੂੰ ਲਾਓਗੇ ਤਾਂ ਹੀ ਰਜਿਸਟਰੀ ਹੋਏਗੀ। ਉਹਦੇ 'ਚ ਵੀ ਪ੍ਰੋਬਲਮ ਇਹ ਆਉਂਦੀ ਆ ਵੀ ਡਿਲੇ ਬਹੁਤ ਹੋ ਰਿਹਾ। ਪਹਿਲਾਂ ਕਹਿੰਦੇ ਰਜਿਸਟਰੀ ਦਿਓ, ਫਿਰ ਇੰਤਕਾਲ ਦੀ ਕਾਪੀ ਦਿਓ, ਫਿਰ ਫਰਦ ਹਕੀਕਤ ਦਿਓ, ਫਿਰ ਨਕਸ਼ਾ ਬਣਾਓ। ਨਕਸ਼ਾ ਬਣਾਉਣ ਦੇ ਬਾਅਦ ਫਿਰ ਜਦੋਂ ਕਮੇਟੀ ਕਰ ਜਾਂਦਾ ਫਿਰ ਕਹਿੰਦੇ ਆ ਫੋਟੋ ਖਿਚਾਓ ਜਿਹੜਾ ਪਲਾਟ ਆ। ਇਹਦੇ ਬਾਅਦ ਵੀ ਕੰਮ ਖਤਮ ਨਹੀਂ ਹੁੰਦਾ, ਇਹਦੇ ਬਾਅਦ ਫਿਰ ਚਲੀ ਜਾਂਦੀ ਆ ਇੰਸਪੈਕਟਰ ਕੋਲ ਫਾਈਲ ਉਹ ਹੋਈ, ਫਿਰ ਐਕਸ਼ਨ ਕੋਲ ਚੱਲ ਜਾਂਦੀ ਆ, SDO ਕੋਲ ਜਾਂਦੀ ਆ, ਫਿਰ ਕਮਿਸ਼ਨਰ ਕੋਲ ਜਾਂਦੀ ਆ। ਇਹਦੇ ਵਿੱਚ ਹੀ ਇੱਕ ਮਹੀਨਾ ਲੱਗ ਜਾਂਦਾ। ਇੱਕ ਮਹੀਨੇ ਦੇ ਵਿੱਚ ਕਿਸੇ ਨੇ ਬਾਹਰ ਜਾਣਾ, ਕਿਸੇ ਨੇ ਕਈ ਕੰਮ ਨੇ, ਕਈਆਂ ਦੇ ਵਿਆਹ ਸ਼ਾਦੀਆਂ ਨੇ, ਉਹ ਹੁੰਦੀਆਂ ਸੀ, ਹੁਣ ਉਹ ਵੀ ਬੰਦ ਹੋ ਗਈਆਂ ਨੇ। ਕੁਝ ਦਿਨਾਂ ਤੋਂ ਸਰਕਾਰ ਨੇ ਬਿਲਕੁਲ ਬੰਦ ਕਰ ਦਿੱਤੀਆਂ ਨੇ। ਅਸੀਂ ਕਹਿੰਦੇ ਹਾਂ ਆਮ ਪਾਰਟੀਆਂ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ, ਜਿੱਦਾਂ ਦਿੱਲੀ ਪੈਟਰਨ ਦੇ ਉੱਤੇ ਉਹਨਾਂ ਨੇ ਸਾਰੀਆਂ ਜਿਹੜੀਆਂ ਅਨਆਥੋਰਾਈਜ਼ ਕਲੋਨੀਆਂ ਸੀ ਉਹ ਪਾਸ ਕਰ ਦਿੱਤੀਆਂ, ਉਸੇ ਤਰ੍ਹਾਂ ਹੀ ਇਹੋ ਹੀ ਲਾਗੂ ਪੋਲਿਸੀ ਜਿਹੜੀ ਆ ਇੱਥੇ ਹੋਵੇ, ਅਤੇ ਉਸੇ ਤਰ੍ਹਾਂ ਹੀ ਜਿਹੜੀ ਕੰਮ ਆ ਉਸੇ ਪੈਟਰਨ 'ਤੇ ਕਰ ਦੇਣ। ਅਗਾਂਹ ਅਸੀਂ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ। ਅਸੀਂ ਵੀ ਚਾਹੁੰਦੇ ਹਾਂ ਸਰਕਾਰ ਦਾ ਰੈਵਨਿਊ ਵਧੇ। ਇਹ ਸਾਰੇ ਰਲੇ ਮਿਲੇ ਨੇ, ਇਹਦੇ 'ਚ ਉਹ ਵੀ ਨੇ ਜਿਹਨਾਂ ਵਿਚਾਰਿਆਂ ਨੇ ਇੱਕ ਦੋ ਦੋ ਪਲਾਟ ਲਾਏ ਹੋਏ ਨੇ, ਕਿਸੇ ਨੇ ਸ਼ਾਦੀ ਕਰਨੀ ਆ, ਕਿਸੇ ਨੇ ਕਿਤੇ ਹੋਰ ਬੱਚੇ ਨੂੰ ਬਾਹਰ ਭੇਜਣਾ ਵਾ, ਉਹ ਸਾਰੇ ਕੰਮ ਜਿਹੜੇ ਨੇ ਰੁਕੇ ਹੋਏ ਨੇ। ਅਤੇ ਜੇ ਉਹ ਪਲਾਟ ਵਿਕਣਗੇ ਤਾਂ ਹੀ ਪੈਸੇ ਆਉਣਗੇ ਨਾ, ਇਸ ਕਰਕੇ ਸਾਰਾ ਹੀ ਆਣਾ ਤਾਣਾ ਜਿਹੜਾ ਵਾ ਉਹ ਵਿਗੜਿਆ ਵਾ। ਅਸੀਂ ਇਹ ਸਰਕਾਰ ਨੂੰ ਇਹੋ ਹੀ ਉਮੀਦ ਕਰਦੇ ਹਾਂ ਵੀ ਜਿਹੜੇ ਵੀ ਤੁਸੀਂ ਫੀਸ ਲਾਉਣੀ ਆ, ਅਸੀਂ ਫੀਸ ਤੋਂ ਨਹੀਂ ਘਬਰਾਉਂਦੇ, ਅਸੀਂ ਵੀ ਚਾਹੁੰਦੇ ਹਾਂ ਸਰਕਾਰ ਦੇ ਘਰ ਪੈਸੇ ਜਾਣ, ਪਰ ਉਹਦਾ ਕੋਈ ਤਰੀਕਾ ਹੋਣਾ ਚਾਹੀਦਾ, ਜਾਂ ਤਾਂ ਸਟੈਂਪ ਡਿਊਟੀ ਵਧਾ ਦੇਣ। ਉਹਦੇ ਨਾਲ ਇਹ ਆ ਵੀ ਜਿੰਨੀ ਵਧਾ ਦੇਣਗੇ ਕੋਈ ਗੱਲ ਨਹੀਂ, ਲੋਕ ਪੈਸੇ ਦੇਣ ਨੂੰ ਤਿਆਰ ਨੇ। ਇੱਕ ਜਿਹੜਾ ਵਾ ਜੇ ਪ੍ਰੋਸੀਜਰ ਕਰਨਾ ਵਾ ਤਾਂ ਇਹਨੂੰ ਇੰਨਾ ਸੌਖਾ ਕਰਨ ਵੀ ਕੋਈ ਨਾ ਕੋਈ ਆਪਣਾ ਕਲਰਕ ਜਿਹੜਾ ਵਾ ਉਹ ਉੱਥੇ ਕਚਹਿਰੀ ਦੇ ਵਿੱਚ ਤਸੀਲੇ ਬਿਠਾ ਦੇਣ, ਤਾਂ ਕਿ ਉਸੇ ਵੇਲੇ ਉਹਦਾ ਕੰਮ ਹੋਵੇ, ਉਸੇ ਵੇਲੇ ਮੋਹਰ ਲੱਗੇ, ਉਹਦੇ ਕੋਲੋਂ ਪੈਸੇ ਲੈ ਜਾਣ। ਜਿੱਦਾਂ 1000 ਰੁਪਈਆ ਲੈਂਦੇ ਇੱਕ ਪਲਾਟ ਦਾ, 10,000 ਲੈਣਾ ਵਾ, 15 ਮਰਲੇ ਦਾ ਪਲਾਟ ਹੈ, 15,000 ਲੈਣਾ, ਉਸੇ ਵੇਲੇ ਇਸ ਪੋਵਰ 'ਤੇ ਉਹਦੇ ਮੋਹਰ ਲੱਗੇ, ਉਹਦੇ ਕੋਲ ਰਸੀਦ ਲੈ ਲਈ ਜਾਵੇ, ਉਹਨੂੰ ਕਹੇ ਚੱਲ ਵੀ ਰਜਿਸਟਰੀ ਕਰਾ। ਪੈਸੇ ਲੋਕ ਦੇਣ ਨੂੰ ਤਿਆਰ ਨੇ, ਸੌਖਾ ਤਰੀਕਾ ਲੱਭਦੇ ਨੇ, ਬਹੁਤਾ ਵਿਗਾੜ ਨਾ ਹੋਵੇ, ਵੰਡ ਵਿੰਡੋ ਕੰਮ ਜਿਹੜਾ ਵਾ ਉਹ ਹੋਵੇ, ਕੰਮ ਫੜਾ ਕੁਇਕ ਐਕਸ਼ਨ ਹੋਵੇ, ਅਤੇ ਕੁਇਕ ਐਕਸ਼ਨ ਨਾਲ ਇਹ ਆ ਵੀ ਸਾਰਿਆਂ ਦਾ ਕਾਰੋਬਾਰ ਵੀ ਚੱਲੇਗਾ, ਕਹਿੰਦੇ ਸਾਰੇ ਰੋਗ ਬੇਕਾਰ ਬੈਠੇ ਨੇ। ਜਿਹੜੇ 2 ਨੰਬਰ 'ਚ ਰਜਿਸਟਰੀਆਂ ਹੁੰਦੀਆਂ ਸੀ ਉਹ ਰੋਕਣ 'ਤੇ ਦੁਖੀ ਹੋ ਕਿ ਜਾਂ ਜਿਹੜੇ ਸਰਕਾਰ ਨੇ ਤੁਹਾਡੇ ਕੋਲ ਕਾਗਜ਼ ਮੰਗ ਲਏ ਉਹ ਤੋਂ ਦੁਖੀ? ਨਹੀਂ, ਹੁਣ ਤਾਂ ਸਾਰਿਆਂ ਤੋਂ ਹੀ ਦੁਖੀ ਹਾਂ ਵੀ ਉਹ ਵੀ ਕੰਮ ਬੰਦ ਹੋ ਗਿਆ, ਉਹ ਵੀ ਕੰਮ ਬੰਦ ਹੋ ਗਿਆ, ਸਾਰੇ ਕੰਮਾਂ ਤੋਂ ਹੀ ਹੁੰਦੇ, ਹੁਣ ਤਾਂ ਕੰਮ ਹੀ ਠੱਪ ਹੋ ਗਿਆ। ਪੈਸਾ ਕੋਈ ਨਹੀਂ ਲੈ ਰਿਹਾ ਬਿਲਕੁਲ, ਅਫਸਰ ਜਿਹੜੇ ਨੇ ਪਹਿਲਾਂ ਜੋ ਵੀ ਰਲਦਾ ਮਿਲਦਾ ਚੱਲਦਾ, ਹੁਣ ਪਹਿਲੇ ਅਸੀਂ ਗੜੇ ਮੁਰਦੇ ਕਾਹਨੂੰ ਫੜ ਗਏ, ਅਸੀਂ ਗੱਲ ਕਰੀਏ ਹੁਣ ਦੀ ਜਿਹੜੀ ਸਾਨੂੰ ਪ੍ਰੋਬਲਮ ਆ, ਜੇ ਸਾਨੂੰ ਕੋਈ ਚੁੰਡੀ ਵੱਢਦਾ ਸਾਨੂੰ ਦਰਦ ਹੁੰਦੀ ਆ, ਪਹਿਲਾਂ ਚੁੰਡੀ ਸਾਨੂੰ ਕੋਈ ਨਹੀਂ ਵੱਢਦਾ, ਕੰਮ ਚੱਲਦਾ ਜਾਂਦਾ ਸੀਗਾ। ਉਹ ਕਮਿਸ਼ਨ ਉਮਰ ਦੇ ਲਿਹਾਜ਼ ਨਾਲ ਛਿੱਲਾ ਦੀ ਜਾਂਦੀ ਸੀ, ਬਸ ਆਹ ਸਮਝ ਲਓ। ਬਟਾਲਾ ਤੋਂ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।